ਭਗਵਾਨ ਜਗਨਨਾਥ ਦੀ ਯਾਤਰਾ 6 ਤਾਰੀਖ ਨੂੰ ਸ਼ਾਹੀ ਸ਼ਹਿਰ ਪਟਿਆਲਾ ਚੋਂ ਨਿਕਲੇਗੀ। ਸਹੀ ਤਰੀਕੇ ਨਾਲ ਇਹਨਾਂ ਗੱਲਾਂ ਦਾ ਪ੍ਰਗਟਾਵਾ ਇਸਕੌਨ ਕਮੇਟੀ ਦੇ ਮੈਂਬਰਾਂ ਨੇ ਪਟਿਆਲਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਅਤੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਇਸ ਯਾਤਰਾ ਵਿੱਚ ਪਹੁੰਚ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਹੈ। ਭਗਵਾਨ ਜਗਨਨਾਥ ਕੀ ਇਹ ਰਥ ਯਾਤਰਾ ਉਤਸਵ ਅਤਿ ਪ੍ਰਾਚੀਨ ਉਤਸਵ ਹੈ ਜੋ ਇਤਿਹਾਸਿਕ ਕੇ ਸਾਥ ਸਾਥ ਪਰੰਪਰਿਕ ਰੂਪ ਸੇ ਇਹ ਆਪਕੇ ਸ਼ਹਿਰ ਪਟਿਆਲਾ ਮੇ ਆਨੇ ਵਾਲੀ 6 ਜਨਵਰੀ ਦਿਨ ਸ਼ਨੀਵਾਰ ਕੋ ਬੜੇ ਹੀ ਉਤਸਾਹ ਕੇ ਸਾਥ ਮਨਾਇਆ ਜਾਏਗਾ। ਇਹ ਰਥ ਯਾਤਰਾ ਕਾਲੀ ਮਾਤਾ ਮੰਦਿਰ ਸੇ 12:30 ਵਜੇ ਪ੍ਰਾਰੰਭ ਹੋਗੀ। ਉਸਸੇ ਪਹਿਲੇ ਫੁੱਲ ਸਿਨੇਮਾ ਮੇ ਭਗਵਾਨ ਕੋ ਭਗਵਾਨ ਜਗਨਨਾਥ ਜੀ ਕੋ ਉਨਕੇ ਬੜੇ ਭਾਈ ਬਲਰਾਮ ਔਰ ਸੁਭਦਰਾ ਜੀ ਕੋ 56 ਭੋਗ ਏਵਮ ਆਰਤੀ ਅਰਪਣ ਕੀਏ ਜਾਏਗੇ। ਤਤਪਸ਼ਚਾਤ ਇਹ ਰਥ ਯਾਤਰਾ 12:30 ਵਜੇ ਕਾਲੀ ਮਾਤਾ ਮੰਦਿਰ ਸੇ ਪ੍ਰਾਰੰਭ ਹੋ ਕਰਕੇ ਇਹ ਪ੍ਰਾਰੰਭ ਹੋ ਗਿਆ ਲਾਹੌਰੀ ਗੇਟ ਔਰ ਇਸ ਮਾਜ ਤ੍ਰਿਵੇਣੀ ਚੌਕ, ਸਰੰਦੀ ਬਾਜ਼ਾਰ, ਰਸ਼ਨੀ ਗੇਟ, ਸ਼ੀਤਲਾ ਮਾਤਾ ਮੰਦਿਰ ਚੌਕ, ਕਸੀਰਾ ਚੌਕ, ਬਜਾਜਾ ਬਾਜ਼ਾਰ, ਕਿਲਾ ਚੌਕ, ਅਦਾਲਤ ਬਾਜ਼ਾਰ, ਧਰਮਪੁਰਾ ਬਾਜ਼ਾਰ, ਸ਼ੇਰਾਂਵਾਲਾ ਗੇਟ, ਛੋਟੀ ਬਾਰਾਂਦਾਰੀ ਸੇ ਹੋਤੇ ਹੋਏ ਪੁਨਹ ਫੁੱਲ ਸਿਨੇਮਾ ਮੇਂ ਸਾਂਝ 7:30 ਵਜੇ ਸੰਪੰਨ ਹੋਗੀ। ਤਤਪਚਾਸ ਸਭੀ ਕੇ ਲੀਏ ਮਾਂ ਭਗਵਾਨ ਜਗਨਨਾਥ ਜੀ ਕਾ ਮਹਾਂਪ੍ਰਸ਼ਾਦ ਭੰਡਾਰਾ ਕੀ ਵੀ ਵਿਵਸਥਾ ਹੈ। ਸਭੀ ਪਟਿਆਲਾ ਵਾਸੀਆਂ ਕੋ ਇਸ ਰਥ ਯਾਤਰਾ ਮੇਂ ਪਹੁੰਚ ਕਰ ਜੋ ਇਸ ਰਥ ਯਾਤਰਾ ਮੇਂ ਸੰਤਗਣ ਆ ਰਹੇ ਹੈ ਵ੍ਰਿੰਦਾਵਨ ਸੇ, ਮਾਇਆਪੁਰ ਸੇ, ਜਗਨਨਾਥਪੁਰੀ ਸੇ, ਵਾ ਕੁਰੂਕਸ਼ੇਤਰਾ ਸੇ ਜਾਂ ਪੰਜਾਬ ਕੇ ਭਿੰਨ ਭਿੰਨ ਇਲਾਕੋਂ ਸੇ, ਉਨਕਾ ਸੰਗ ਪ੍ਰਾਪਤ ਕਰਕੇ ਭਗਵਾਨ ਕੇ ਦਿਵਯ ਨਾਮੋਂ ਕਾ ਕੀਰਤਨ ਕਰੇ, ਰਥ ਕੋ ਖਿੱਚੇ, ਵਾ ਆਪਣਾ ਜੀਵਨ ਸਫਲ ਬਣਾਏ। ਹਰੇ ਕ੍ਰਿਸ਼ਨ। ਪਟਿਆਲਾ ਤੋਂ ਬਲਿੰਦਰ ਬੇਨੀ ਦੀ ਰਿਪੋਰਟ, ਚੈਨਲ 2।